हेलो एवरीवन, स्वागत है ਤੁਹਾਡਾ ਸਾਡੇ YouTube ਚੈਨਲ ਚੰਡੀਗੜ੍ਹ ਕੰਪੀਟੀਟਿਵ ਕਲਾਸਿਸ ਤੇ। ਅੱਜ ਦੀ ਆਪਣੀ ਵੀਡੀਓ ਰਹੇਗੀ ਪ੍ਰੀਪੋਜੀਸ਼ਨਸ ਤੇ। ਇਸ ਤੋਂ ਪਹਿਲਾਂ ਵੀ ਦੋ ਵੀਡੀਓਜ਼ ਅਪਲੋਡ ਕਰ ਚੁੱਕੇ ਆ। ਉਹਨਾਂ ਦੇ ਵਿੱਚ ਆਪਾਂ ਪ੍ਰੀਪੋਜੀਸ਼ਨਸ ਕੀਤੇ ਸੀਗੇ ਪਲੇਸ ਲਈ ਤੇ ਟਾਈਮ ਲਈ। ਅੱਜ ਜੋ ਆਪਾਂ ਪ੍ਰੀਪੋਜੀਸ਼ਨਸ ਕਰਨ ਜਾ ਰਹੇ ਹਾਂਗੇ, ਥੋੜੀ ਜੀ ਕਨਫਿਊਜ਼ਿੰਗ ਪ੍ਰੀਪੋਜੀਸ਼ਨਸ, ਜਿਨ੍ਹਾਂ ਦੇ ਵਿੱਚ ਕਾਫੀ ਕੈਂਡੀਡੇਟਸ ਕਨਫਿਊਜ਼ ਹੋ ਜਾਂਦੇ ਨੇ ਕਿ ਦੇਖਣ ਚ ਸੇਮ ਲੱਗਦੇ ਨੇ ਤਾਂ ਮੀਨਿੰਗ ਵੀ ਸੇਮ ਹੀ ਆਪਾਂ ਸਮਝ ਲੈਂਦੇ ਹਾਂ। ਸੋ ਉਸ ਤਰ੍ਹਾਂ ਦੇ ਕੁਝ ਪ੍ਰੀਪੋਜੀਸ਼ਨਸ ਆਪਾਂ ਜਿਹੜੇ ਹੈਗੇ ਆ ਅੱਜ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਪਲੱਸ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਸਾਨੂੰ ਸਾਡੀ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਡੇ ਤੱਕ ਪਹੁੰਚਦੇ ਰਹਿਣ। ਸਾਡੇ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਦੇ ਲਈ। ਸੋ ਵਿਦਆਊਟ ਵੇਸਟਿੰਗ ਟਾਈਮ ਸਟਾਰਟ ਕਰਦੇ ਹਾਂ ਜੀ ਆਪਾਂ। ਸੋ ਪ੍ਰੈਪਰੇਸ਼ਨਸ ਤੋਂ ਸਟਾਰਟ ਕਰਦੇ ਹਾਂ ਆਪਾਂ। ਪ੍ਰੈਪਰੇਸ਼ਨ ਹੈਗੀ ਹੈ ਜੀ ਬਿਟਵੀਨ ਐਂਡ ਸੈਕਿੰਡ ਇਜ਼ ਅਮੰਗ। ਬਿਟਵੀਨ ਤੇ ਅਮੰਗ ਦੇ ਵਿੱਚ ਬੇਸਿਕਲੀ ਡਿਫਰੈਂਸ ਕੀ ਹੈ? ਜਿਵੇਂ ਸਿੰਪਲ ਡੈਫੀਨੇਸ਼ਨ ਦੇ ਵਿੱਚ ਕਹਾਂ, ਜਿਹੜਾ ਬਿਟਵੀਨ ਹੈ ਦੋ ਜਣਿਆਂ ਦੇ ਲਈ ਯੂਜ਼ ਹੁੰਦਾ ਹੈਗਾ ਜਾਂ ਦੋ ਚੀਜ਼ਾਂ ਦੇ ਲਈ ਯੂਜ਼ ਹੁੰਦਾ ਹੈਗਾ। ਬੇਸਿਕਲੀ ਯੂਜ਼ਡ ਫੋਰ ਓਨਲੀ ਟੂ, ਠੀਕ ਹੈ ਜੀ। ਫੋਰ ਐਗਜ਼ਾਮਪਲ ਜੇ ਮੈਂ ਕਹਾਂ ਹੀ ਵਾਜ ਸਿਟਿੰਗ ਬਿਟਵੀਨ ਹਿਸ ਟੂ ਫਰੈਂਡਸ, ਮਤਲਬ ਕੀ ਹੈ ਜੀ? ਮੀਨਿੰਗ ਹੁਣ ਮੈਂ ਤੁਹਾਨੂੰ ਇੱਥੇ ਦੱਸਦਾ। ਐਕਚੁਅਲ ਦੇ ਵਿੱਚ ਬਿਟਵੀਨ ਦਾ ਮਤਲਬ ਹੈਗਾ ਜੀ ਵਿਚਕਾਰ, ਠੀਕ ਹੈ ਜੀ। ਬਿਟਵੀਨ ਦਾ ਹੈਗਾ ਜੀ ਵਿਚਕਾਰ, ਜਾਂ ਵਿੱਚ ਵੀ ਕਹਿ ਦਿੰਦੇ ਹਾਂ ਆਪਾਂ, ਠੀਕ ਹੈ ਜੀ। ਸੇਮ ਮੀਨਿੰਗ ਹੀ ਅਮੰਗ ਦਾ ਕਹਿ ਦਿੰਦੇ ਹਾਂ, ਬਟ ਯੂਜ਼ ਦੇ ਵਿੱਚ ਡਿਫਰੈਂਟ ਆ ਜਾਂਦਾ ਹੈਗਾ। ਜਿਵੇਂ ਹੁਣ ਇੱਥੇ ਕਿਹਾ ਹੀ ਵਾਜ਼ ਸਿਟਿੰਗ ਬਿਟਵੀਨ ਹਿਸ ਟੂ ਫਰੈਂਡਸ, ਠੀਕ ਹੈ ਜੀ। ਇੱਕ ਐਗਜ਼ਾਮਪਲ ਹੋਰ ਮੈਂ ਦੇ ਦਿੰਦਾ ਤੁਹਾਨੂੰ। ਦੇਅਰ ਇਜ਼ ਅ ਟੇਬਲ ਬਿਟਵੀਨ ਟੂ ਚੇਅਰਸ। ਬਿਟਵੀਨ ਮਤਲਬ ਫਿਰ ਤੋਂ ਵਿਚਕਾਰ, ਕਿ ਦੋ ਕੁਰਸੀਆਂ ਦੇ ਵਿਚਾਲੇ ਇੱਕ ਟੇਬਲ ਪਿਆ, ਉਹ ਦੋ ਦੋਸਤਾਂ ਦੇ ਵਿਚਾਲੇ ਬੈਠਾ ਹੈ। ਕਿਹਦੇ ਦੋਸਤਾਂ ਦੇ ਵਿਚਾਲੇ? ਆਪਦੇ ਦੋਸਤਾਂ ਦੇ ਵਿਚਾਲੇ। ਹਿਸ ਟੂ ਫਰੈਂਡਸ ਮਤਲਬ ਕੀ ਹੈ? ਜਦੋਂ ਕੋਈ ਚੀਜ਼ ਜਾਂ ਕੋਈ ਪਰਸਨ ਦੋ ਚੀਜ਼ਾਂ ਦੇ ਵਿਚਾਲੇ ਹੈ, ਬਿਲਕੁਲ ਵਿਚਕਾਰ ਹੈ, ਠੀਕ ਹੈ ਜੀ, ਤਾਂ ਉੱਥੇ ਯੂਜ਼ ਹੋਊਗਾ ਬਿਟਵੀਨ। ਮਤਲਬ ਉਸ ਤੋਂ ਇਲਾਵਾ ਦੋ ਚੀਜ਼ਾਂ ਜ਼ਿਆਦਾ ਨੇ ਤੇ ਉਸ ਤੋਂ ਜ਼ਿਆਦਾ ਨਹੀਂ ਹੈਗੀਆਂ। ਮਤਲਬ ਟੋਟਲ ਦੇ ਵਿੱਚ ਥ੍ਰੀ ਨੇ, ਸਿਰਫ ਥ੍ਰੀ। ਬਟ ਅਮੰਗ ਦਾ ਜਿਹੜਾ ਹੈਗਾ ਥੋੜਾ ਜਿਹਾ ਡਿਫਰੈਂਸ ਹੈ ਕਿ ਇਹ ਦੋ ਤੋਂ ਜ਼ਿਆਦਾ ਦੀ ਗੱਲ ਆ ਜਾਂਦੀ ਹੈ, ਮੋਰ ਦੈਨ ਟੂ। ਮੋਰ ਦੈਨ ਟੂ ਮਤਲਬ ਕਿ ਜਦੋਂ ਕੋਈ ਚੀਜ਼ ਵਿਚਾਲੇ ਹੈ ਪਰ ਉਹ ਕਈਆਂ ਚੀਜ਼ਾਂ ਦੇ ਵਿਚਾਲੇ ਹੈ, ਠੀਕ ਹੈ ਜੀ। ਮੈਂ ਇਹੀ ਕਹਿ ਦਿੰਦਾ ਕਿ ਹੀ ਵਾਜ਼ ਸਿਟਿੰਗ ਬਿਟਵੀਨ ਹਿਸ ਟੂ ਫਰੈਂਡਸ, ਕਿ ਉਹ ਆਪਦੇ ਦੋ ਦੋਸਤਾਂ ਦੇ ਵਿਚਾਲੇ ਬੈਠਾ, ਠੀਕ ਹੈ। ਜਿਵੇਂ ਸੇਮ ਅਮੰਗ ਦੇ ਨਾਲ ਹੀ ਲਿਖੂੰਗਾ ਤਾਂ ਇਹ ਹੋ ਜਾਊਗਾ ਹੀ ਵਾਜ਼ ਸਿਟਿੰਗ ਅਮੰਗ ਹਿਸ ਫਰੈਂਡਸ, ਮਤਲਬ ਉਹ ਆਪਦੇ ਦੋਸਤਾਂ ਦੇ ਵਿਚਾਲੇ ਬੈਠਾ। ਮਤਲਬ ਉੱਥੇ ਹੋ ਸਕਦਾ ਗਰੁੱਪ ਹੈ, ਜਿਵੇਂ ਫੋਰ ਐਗਜ਼ਾਮਪਲ ਆਪਾਂ ਲੈ ਲਈਏ ਕਾਲਜ ਦੀ ਗੱਲ ਕਰ ਲਈਏ ਜਾਂ ਸਕੂਲ ਦੀ ਗੱਲ ਕਰ ਲਈਏ, ਤੁਸੀਂ ਜੇ ਦੋ ਦੋਸਤਾਂ ਦੇ ਵਿਚਾਲੇ ਬੈਠੋ, ਬੈਂਚ ਤੇ ਬੈਠੋ ਤਾਂ ਵਿਚਾਲੇ ਹੋ ਗਿਆ ਜੀ, ਠੀਕ ਹੈ। ਤਾਂ ਜੇ ਦੋਸਤਾਂ ਦੇ ਵਿੱਚ ਅਮੰਗ ਆ ਗਿਆ ਤਾਂ ਮਤਲਬ ਤੁਸੀਂ, ਤੁਹਾਡੇ ਜਿਹੜੇ ਦੋਸਤ ਨੇ ਦੋ ਤੋਂ ਜ਼ਿਆਦਾ ਨੇ, ਤਿੰਨ ਨੇ, ਚਾਰ ਨੇ, ਪੰਜ ਨੇ, ਛੇ ਨੇ ਜਾਂ 10 ਦਾ ਗਰੁੱਪ ਆ, ਇੱਕ ਸਰਕਲ ਬਣਾ ਕੇ ਬੈਠੇ ਹੋਗੇ, ਕਿਤੇ ਝੁੰਡ ਬਣਾ ਕੇ ਬੈਠੇ ਹੋ, ਤਾਂ ਉੱਥੇ ਕੀ ਯੂਜ਼ ਹੋਊਗਾ? ਅਮੰਗ ਯੂਜ਼ ਹੋਊਗਾ ਜਦੋਂ ਤੁਹਾਡੇ ਦੋਸਤਾਂ ਦੀ ਗਿਣਤੀ ਦੋ ਤੋਂ ਜ਼ਿਆਦਾ ਹੋਗੀ ਜਾਂ ਚੀਜ਼ਾਂ ਦੀ ਗਿਣਤੀ ਜ਼ਿਆਦਾ ਹੋਗੀ। ਨਾਨ ਲਿਵਿੰਗਸ ਚ ਵੀ ਆਪਾਂ ਗੱਲ ਕਰ ਲੈਂਦੇ ਹੈਗੇ, ਦ ਮੂਨ ਇਜ਼ ਅਮੰਗ ਸਟਾਰਸ, ਮਤਲਬ ਕਿ ਜਿਹੜਾ ਮੂਨ ਹੈਗਾ ਉਹ ਸਟਾਰਸ ਦੇ ਵਿੱਚ ਹੈ, ਮਤਲਬ ਕਾਫੀ ਸਤਾਰਿਆਂ ਦੇ ਵਿਚਾਲੇ ਉਹ ਹੈਗਾ ਗਾ। ਮਤਲਬ ਜਿਹੜਾ ਇੱਕ ਆਪਣਾ ਮੂਨ ਹੈ ਉਹਦੇ ਆਲੇ ਦੁਆਲੇ ਕਿੰਨੇ ਹੀ ਸਟਾਰਸ ਹੈਗੇ ਨੇ ਜਿਹੜੇ ਆਪਾਂ ਨੂੰ ਰਾਤ ਨੂੰ ਦੇਖਦੇ ਨੇਗੇ, ਠੀਕ ਹੈ ਜੀ। ਤਾਂ ਉਹ ਬਿਟਵੀਨ ਨਹੀਂ ਕਵਾਂਗੇ, ਅਮੰਗ ਕਵਾਂਗੇ ਉੱਥੇ ਆਪਾਂ, ਠੀਕ ਹੈ ਜੀ। ਕਾਫੀ ਤਾਰਿਆਂ ਦੇ ਵਿੱਚ ਇੱਕ ਮੂਨ ਹੈ, ਠੀਕ ਹੈ ਜੀ। ਇੱਦਾਂ ਹੀ
ਉਹ ਦੋਸਤਾਂ ਦੇ ਵਿੱਚ ਬੈਠਾ ਹੈਗਾ। ਤਾਂ ਇਹ ਹੈਗਾ ਡਿਫਰੈਂਸ ਜਿਹੜਾ ਹੈਗਾ ਬਿਟਵੀਨ ਤੇ ਅਮੰਗ ਦੇ ਵਿੱਚ। ਇਸ ਚੀਜ਼ ਨੂੰ ਤੁਸੀਂ ਧਿਆਨ ਚ ਰੱਖਣਾ ਹੈਗਾ, ਬਹੁਤ ਹੀ ਈਜ਼ੀ ਹੈਗਾ ਇਹਨੂੰ ਸਮਝਣਾ ਕਿ ਬਿਟਵੀਨ ਦੇ ਵਿੱਚ ਆ ਗਿਆ ਤਾਂ ਓਨਲੀ ਟੂ ਤੇ ਅਮੰਗ ਦੇ ਵਿੱਚ ਮੋਰ ਦੈਨ ਟੂ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਇਹ ਜਿਹੜਾ ਹੈਗਾ ਡਿਫਰੈਂਸ ਸਮਝ ਆ ਗਿਆ ਹੋਊਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਨੈਕਸਟ ਆਪਾਂ ਹੋਰ ਪ੍ਰੈਪਰੇਸ਼ਨ ਪਿੱਕ ਕਰਦੇ ਹਾਂ ਜਿਹਦੇ ਬਾਰੇ ਗੱਲ ਕਰਾਂਗੇ। ਪ੍ਰੈਪਰੇਸ਼ਨਸ ਦੇਖੋ ਬਹੁਤ ਹੀ ਇੰਪੋਰਟੈਂਟ ਪਾਰਟ ਨੇ ਗ੍ਰੈਮਰ ਦਾ। ਠੀਕ ਹੈ ਜੇ ਗ੍ਰੈਮਰ ਦਾ ਕਿਵੇਂ ਕਿ ਇਹ ਲੈਂਗੁਏਜ ਦਾ ਮੇਨ ਪਾਰਟ ਹੈਗਾ ਇੰਗਲਿਸ਼ ਦਾ। ਜੇ ਤੁਹਾਨੂੰ ਪ੍ਰੈਪਰੇਸ਼ਨਸ ਬਾਰੇ ਕਲੈਰਿਟੀ ਹੈਗੀ ਹੈ ਤਾਂ ਤੁਸੀਂ ਕੰਪੀਟੀਟਿਵ ਐਗਜ਼ਾਮਸ ਹੀ ਜਿਹੜੇ ਹੈਗੇ ਇਕੱਲੇ ਉਹਨਾਂ ਨੂੰ ਤੁਸੀਂ ਪਾਸ ਨਹੀਂ ਕਰੋਗੇ ਜਾਂ ਉਸ 'ਚ ਸਕੋਰ ਨਹੀਂ ਕਰੋਗੇ ਇਸ ਦੇ ਬੇਸ ਤੇ। ਪਲੱਸ ਤੁਹਾਡੀ ਸਪੋਕਨ ਜਿਹੜੀ ਹੈਗੀ ਹੈ, ਜਿਹੜੀ ਤੁਸੀਂ ਬੋਲਦੇ ਹੋ ਇੰਗਲਿਸ਼ ਯੂਜ਼ ਕਰਨੀ ਹੈ ਡੇਲੀ ਲਾਈਫ ਦੇ ਵਿੱਚ, ਉਸ ਦੇ ਵਿੱਚ ਬਹੁਤ ਡਿਫਰੈਂਸ ਆਊਗਾ। ਠੀਕ ਹੈ ਜੀ, ਉਹ ਜਿਹੜੀ ਇੰਪਰੂਵਮੈਂਟ ਆਊਗੀ ਨਾ ਉਹਦੇ ਨਾਲ ਤੁਹਾਡਾ ਕੌਨਫੀਡੈਂਸ ਵੀ ਬੂਸਟ ਹੋਊਗਾ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹੈਗੇ ਬਿਸਾਈਡ। ਬਿਸਾਈਡ ਐਂਡ ਬਿਸਾਈਡਸ ਦੇਖਣ ਚ ਤੁਹਾਨੂੰ ਲੱਗ ਰਹੇ ਨੇ ਵੀ ਫਰਕ ਕੀ ਹੈ, ਸਿਰਫ ਇੱਕ ਐਸ ਦਾ। ਠੀਕ ਹੈ, ਬਟ ਸਿਰਫ ਇੱਕ ਐਸ ਕਰਕੇ ਹੀ ਜਿਹੜਾ ਹੈਗਾ ਇਹਦੇ ਵਿੱਚ ਮੀਨਿੰਗ ਦਾ ਬਹੁਤ ਫਰਕ ਪੈਂਦਾ ਹੈਗਾ। ਕਨਫਿਊਜ਼ਨ ਕੀ ਹੋ ਜਾਂਦੀ ਹੈ, ਆਪਾਂ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਯਾਰ ਬਿਸਾਈਡ ਆਉਣਾ ਕਿ ਬਿਸਾਈਡਸ ਆਉਣਾ ਹੈਗਾ। ਠੀਕ ਹੈ, ਤਾਂ ਆਪਾਂ ਗੱਲ ਹੁਣ ਕਰਦੇ ਹਾਂ ਕਿ ਬਿਸਾਈਡ ਦੀ ਪਹਿਲਾਂ, ਕਿ ਜਿਹੜਾ ਬਿਸਾਈਡ ਆ ਉਹ ਕਿੱਥੇ ਯੂਜ਼ ਹੁੰਦਾ ਹੈਗਾ। ਬਿਸਾਈਡ ਉੱਥੇ ਯੂਜ਼ ਹੁੰਦਾ ਹੈਗਾ ਜਿੱਥੇ ਤੁਸੀਂ ਕੋਈ ਜਿਹੜੀ ਹੈਗੀ ਕੋਈ ਚੀਜ਼ ਨੇੜੇ ਹੈ, ਮਤਲਬ ਐਗਜੈਕਟ ਆਪਾਂ ਪੁਆਇੰਟ ਨਹੀਂ ਦੱਸ ਰਹੇ ਗੇ, ਬਟ ਆਪਾਂ ਇੱਕ ਨੇੜੇ ਕਹਿ ਸਕਦੇ ਹੈਗੇ ਕਿ ਹਾਂ ਵੀ ਇਹਦੀ ਸੈਂਸ ਜਿਹੜੀ ਹੈਗੀ ਹੈ ਇੱਕ ਨੀਅਰ ਦੀ ਨਿਕਲਦੀ ਹੈਗੀ, ਹੈ ਨਾ। ਠੀਕ ਹੈ, ਆਪਾਂ ਇੱਥੇ ਸਿੰਪਲੀ ਕਹਿ ਸਕਦੇ ਹਾਂ ਕਿ ਸੈਂਸ ਆਫ ਨੀਅਰ। ਠੀਕ ਹੈ ਜੀ, ਸੈਂਸ ਆਫ ਨੀਅਰ ਇੱਥੇ ਆਪਾਂ ਕਹਿ ਸਕਦੇ ਹੈਗੇ। ਫੋਰ ਐਗਜ਼ਾਮਪਲ ਦ ਮਦਰ ਸੈਟ ਬਿਸਾਈਡ ਹਰ ਸਨ, ਕਿ ਜਿਹੜੀ ਮਾਂ ਹੈ ਉਹ ਆਪਦੇ ਬੱਚੇ ਦੇ ਨਾਲ ਬੈਠੀ ਸੀ, ਇਹ ਕਹਿ ਸਕਦੇ ਕਿ ਉਹਦੇ ਨੇੜੇ ਬੈਠੀ ਸੀ ਜਾਂ ਉਹਦੇ ਨਾਲ ਬੈਠੀ ਸੀ। ਠੀਕ ਹੈ ਜੀ, ਕਿ ਨੇੜੇ ਦੀ ਆਪਾਂ ਗੱਲ ਕਰ ਸਕਦੇ ਕਿ ਉਹਦੇ ਬੱਚੇ ਦੇ ਨੇੜੇ ਬੈਠੀ ਸੀ, ਜਿਵੇਂ ਆਪਾਂ ਕਹਿ ਦਿੰਦੇ ਹੈਗੇ ਹਨਾ ਦੈਟ ਕਿ ਮਾਈ ਸਕੂਲ ਇਜ਼ ਬਿਸਾਈਡ ਦ, ਮੈਂ ਲਿਖੀ ਦਿੰਦਾ ਇੱਥੇ ਮਾਈ ਸਕੂਲ ਇਜ਼ ਬਿਸਾਈਡ ਦ ਹੋਸਪਿਟਲ, ਕਿ ਜਿਹੜਾ ਮੇਰਾ ਸਕੂਲ ਹੈ ਹੋਸਪਿਟਲ ਦੇ ਨਾਲ ਜੀ ਹੈ, ਲਾਗੇ ਜੇ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਹਨਾ ਲਾਗੇ ਜੇ। ਠੀਕ ਹੈ, ਉੱਥੇ ਇਹ ਯੂਜ਼ ਹੁੰਦਾ ਹੈਗਾ ਬਿਸਾਈਡ। ਠੀਕ ਹੈ, ਨੈਕਸਟ ਜੇ ਹੁਣ ਮੈਂ ਗੱਲ ਕਰਾਂ ਕਿ ਬਿਸਾਈਡਸ ਕਿੱਥੇ ਯੂਜ਼ ਹੁੰਦਾ ਹੈਗਾ, ਬਿਸਾਈਡ ਕਿੱਥੇ ਯੂਜ਼ ਹੁੰਦਾ, ਜਦੋਂ ਕੋਈ ਚੀਜ਼ ਤੁਸੀਂ ਐਡ ਕਰਕੇ ਕਹਿ ਰਹੇ ਹੋਗੇ। ਐਡ ਕਿਵੇਂ ਕਰ ਰਹੇ ਹੋ, ਮਤਲਬ ਕੋਈ ਐਕਸਟਰਾ ਚੀਜ਼ ਐਡ ਕਰ ਰਹੇ ਹੋਗੇ। ਮੰਨ ਲਓ ਜਿਵੇਂ ਕਿ ਇੱਕ ਮੈਂ ਸੈਂਟੈਂਸ ਲਿਖ ਦਿੰਦਾ ਹੈਗਾ, ਬਿਸਾਈਡਸ ਪੰਜਾਬੀ ਆਈ ਨੋ ਹਿੰਦੀ ਐਂਡ ਇੰਗਲਿਸ਼। ਮਤਲਬ ਇਹਦੇ ਵਿੱਚ ਕੀ ਹੈ, ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਇਸ ਤੋਂ ਇਲਾਵਾ ਮੈਨੂੰ ਆ ਵੀ ਆਉਂਦਾ ਜਾਂ ਆ ਵੀ ਆਉਂਦਾ, ਹਨਾ ਆਪਾਂ ਕੋਈ ਚੀਜ਼ ਐਡ ਕਰ ਦਿੰਦੇ ਹਾਂ ਹਨਾ ਇਹਦੇ, ਜਾਂ ਨਾਲ ਨਾਲ ਕਹਿ ਸਕਦੇ ਹੋਗੇ ਹਨਾ ਵੀ ਮੈਨੂੰ ਪੰਜਾਬੀ ਦੇ ਇਲਾਵਾ ਹਿੰਦੀ ਤੇ ਇੰਗਲਿਸ਼ ਵੀ ਆਉਂਦੀ ਹੈ। ਤਾਂ ਬਿਸਾਈਡਸ ਦਾ ਮੀਨਿੰਗ ਕੀ ਹੈ, ਜਦੋਂ ਤੁਸੀਂ ਕੋਈ ਚੀਜ਼, ਮੰਨ ਲਓ ਤੁਹਾਡਾ ਮੇਨ ਪ੍ਰਾਇਮਰੀ ਜਿਹੜੀ ਤੁਹਾਡੀ ਲੈਂਗੁਏਜ ਹੈ ਉਹ ਪੰਜਾਬੀ ਹੈ, ਉਹਦੇ ਵਿੱਚ ਤੁਸੀਂ ਐਡ ਕਰਤੀ ਹਿੰਦੀ ਐਂਡ ਇੰਗਲਿਸ਼। ਠੀਕ ਹੈ, ਮਤਲਬ ਇਨ ਐਡੀਸ਼ਨ ਤੁਸੀਂ ਕੀ ਹੈ ਜੀ ਗੱਲ ਕਰ ਰਹੇ ਹੋ। ਠੀਕ ਹੈ ਜੀ, ਇਨ ਐਡੀਸ਼ਨ ਕਿ ਵੀ ਪੰਜਾਬੀ ਦੇ ਨਾਲ ਨਾਲ ਮੈਨੂੰ ਜਾਂ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਇੰਗਲਿਸ਼ ਵੀ ਆਉਂਦੀ ਹੈ। ਤਾਂ ਬਿਸਾਈਡਸ ਜਿਹੜਾ ਹੈਗਾ ਇੱਥੇ ਯੂਜ਼ ਹੁੰਦਾ ਹੈਗਾ। ਮਤਲਬ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਕਿ ਬਿਸਾਈਡ ਦਾ ਮਤਲਬ ਹੋ ਗਿਆ ਕੋਈ ਚੀਜ਼ ਜਦੋਂ ਕੋਈ ਨੇੜੇ ਹੈ ਜਾਂ ਆਪਾਂ ਕਹਿ ਦਈਏ ਲਾਗੇ ਹੈ। ਠੀਕ ਹੈ, ਤੇ ਬਿਸਾਈਡਸ ਆ ਗਿਆ ਜੀ ਇਲਾਵਾ ਲਈ। ਮੈਂ ਪੰਜਾਬੀ ਦੇ ਵਿੱਚ ਤਾਂ ਲਿਖ ਕੇ ਸਮਝਾ ਰਿਹਾ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇਹ ਸਮਝ ਆ ਜਾਏ, ਚੰਗੀ ਤਰ੍ਹਾਂ ਸਮਝ ਆ ਜਾਏ। ਹੁਣ ਆਪਾਂ ਗੱਲ ਕਰਦੇ ਮੋਸਟ ਇੰਪੋਰਟੈਂਟ ਪ੍ਰੈਪਰੇਸ਼ਨ ਜਿਸ ਦੇ ਵਿੱਚ ਬੱਚਿਆਂ ਨੂੰ ਕਨਫਿਊਜ਼ਨ ਬਹੁਤ ਹੁੰਦੀ ਹੈ, ਸਿੰਸ ਤੇ ਫੋਰ। ਸਿੰਸ ਤੇ ਫੋਰ ਜਿਹੜਾ ਹੈਗਾ ਗਾ ਇਹ ਯੂਜ਼ ਹੁੰਦਾ ਜ਼ਿਆਦਾਤਰ
परफेक्ट कंटीन्यूअस टेंसेस दे विच जिहड़े फोर्थ टाइप हुंदी है किसी भी टेंस दी, परफेक्ट कंटीन्यूअस दे विच इह यूज हुंदे है। ठीक है जी, हुण गल करदे कि सिंस ते फॉर दे विच डिफरेंस की है। सिंस जिहड़ा हैगा ਇਹ ਯੂਜ਼ ਹੁੰਦਾ ਹੈਗਾ ਜਦੋਂ ਆਪਾਂ ਕੋਈ ਗੱਲ ਕਰ ਰਹੇ ਹੈਗੇ ਇੱਕ ਟਾਈਮ ਦੀ, ਦੋਨੋਂ ਟਾਈਮ ਲਈ ਯੂਜ਼ ਹੁੰਦੇ ਨੇ, ਬਟ ਜਿਹੜਾ ਸੈਂਸ ਹੈ ਉਹ ਪੁਆਇੰਟ ਆਫ ਟਾਈਮ ਲਈ ਯੂਜ਼ ਹੁੰਦਾ ਹੈਗਾ। ਠੀਕ ਹੈ ਜੀ, ਪੁਆਇੰਟ ਆਫ ਟਾਈਮ, ਫੋਰ ਐਗਜ਼ਾਮਪਲ ਕਿ ਪਿਛਲੇ ਸਮੇਂ ਦੇ ਵਿੱਚ ਮੈਂ ਕੋਈ ਕੰਮ ਸ਼ੁਰੂ ਕੀਤਾ, ਠੀਕ ਹੈ ਜੀ, ਪਰ ਉਹ ਇੱਕ ਪਰਟੀਕੁਲਰ ਪੁਆਇੰਟ ਤੋਂ ਸ਼ੁਰੂ ਕੀਤਾ ਜੀ, ਮੈਂ ਪਰਟੀਕੁਲਰ ਪੁਆਇੰਟ ਦੱਸ ਰਿਹਾ ਹੈਗਾ, ਹਨਾ, ਮੈਂ ਐਗਜ਼ਾਮਪਲ ਸੇਮ ਲਊਂਗਾ ਇਹਦੀ। ठीक है जी, जस्ट अ सेकंड, ठीक है, एक एग्जांपल लेना। आई एम लिविंग हियर सिंस 2016, मतलब कि मैं 2016 तो इत्थे रह रहा हाँ, मतलब मैं इत्थे डायरेक्ट जंप करके पास्ट दे विच एक पॉइंट ते चला गया पर्टिकुलर कि 2016, हाँ मैं एक पॉइंट दसता टाइम दा कि मैं 2016 तो की है जी इत्थे रह रहा। बट जिहड़ा फॉर है ये किसथे यूज हुंदा है जदों आपां गल करदे हां टाइम दी, ये पीरियड ऑफ टाइम दसदा है जी। पीरियड ऑफ टाइम किवें हुंदा है कि एक समय तो लैके हुण दे समय तक दा जिहड़ा अंतराल है, जिहड़ा विच वाला सन दा टाइम है ना, अंतराल है जिहड़ा अंतर है वह दसदे। मान लो मैं यही गल कहनी होगी कि मैं 2016 तो इत्थे रह रहा, इत्थे मैं लिखता सिंस, ठीक है, तो जे मैं फॉर यूज करूंगा तो लिखूंगा आई एम लिविंग हेयर फॉर 5 years। मैं की कहता इत्थे तां मैं दस्या सीगा पॉइंट ऑफ टाइम डायरेक्ट टाइम दस्सता पूरा एग्जैक्ट कि 2016, इत्थे मैं कहता 5 साल, 5 साल मतलब 2021 तो लै लो कि 5 साल पिछे किन्ने हो गए 2016, ठीक है, इत्थे मैं की दस्सता 2016 तो लेके 2021 तक का जिहड़ा हैगा टाइम है विच वाला वह दसता। तो मतलब तुहानू इत्थों समझ आ जाना चाहिए है कि फॉर का जिहड़ा हैगा मेन की सिस्टम है कि यह समा दसद कि समा, तो सेंस जिहड़ा हैगा वह दसद कि समा कि पॉइंट की है, पर्टिकुलर टाइम की सी, तो इतने समा कि आपस पीरियड कि है। ठीक है जी, सेंस ते फॉर बड़ा ही सिंपल जहा यह फॉर्मूला इनू समझन का। ठीक है जी, तो आई होप कि तुहानू यह समझ आऊगा इस तरीके नाल, ते अगे तो तुहानू इस चीज़ दे विच कन्फ्यूजन रही रहूगी, क्योंकि मैं बहुत वारी ऑफलाइन क्लासेस दे विच नोटिस किया कि बच्चों सिंस ते फॉर दे कन्फ्यूज नहीं रहिंदी हैगी, ते कई बच्चों सिंस ते फॉर दा पता ही नहीं हुंदा गा। ठीक है, तो तुहानू ये छोटी जी ट्रिक दे तरीके नाल एक सिंपल एग्जाम्पल के माध्यम नाल तुहानू समझाउण दी कोशिश कीती है कि सिंस ते फॉर नू यूज किवें करना है। ठीक है जी, हुण नैक्सट गल करदे हैगे आपां प्रेपोजिशन दी, ਉਹ ਹੈਗੀ ਹੈ ਜੀ ਵਿਦ ਇਨ ਤੇ ਇਨ। ਹੁਣ ਗੱਲ ਕਰਦੇ ਹਾਂ ਕਿ ਵਿਦ ਇਨ ਤੇ ਇਨ ਦੇ ਵਿੱਚ ਡਿਫਰੈਂਸ ਦੀ ਗੱਲ ਕਰਦੇ ਹਾਂ ਜੀ ਆਪਾਂ। ਟਾਈਮ ਦੇ ਰਿਗਾਰਡਿੰਗ ਜੇ ਆਪਾਂ ਦੇਖੀਏ, ਇੱਥੇ ਜਿਹੜਾ ਹੈਗਾ ਦੋਨੋਂ ਇਹ ਟਾਈਮ ਦੇ ਲਈ ਯੂਜ਼ ਹੋਣਗੇ, ਮੈਂ ਮੈਂਸ਼ਨ ਕਰ ਦਿੰਦਾ ਗਾ ਨਾਲ। ਠੀਕ ਹੈ ਜੀ, ਵਿਦ ਇਨ ਕਿੱਥੇ ਹੁੰਦਾ ਹੈ, ਜਦੋਂ ਆਪਾਂ ਕੋਈ ਟਾਈਮ ਦੇਤਾ, ਕੋਈ डेडलाइन देती, उस टाइम दे जिहड़ा एंड टाइम हैगा। ठीक है जी, जिहड़ा एंड टाइम हैगा वह तो पहला पहला कुछ कर लेना। ठीक है जी, उत्थे विद इन यूज हुंदा गा, सिंपली देख देने आपां इत्थे कि विद इन दा मतलब हैगा जी बिफोर द एंड टाइम, मतलब एंड टाइम तो पहला। फॉर एग्जाम्पल ही विल रिटर्न in, sorry, within 5 minutes, मतलब कि वह 5 मिनट के विच विच
ਠੀਕ ਹੈ ਜੀ, ਬਿਫੋਰ ਦਾ ਐਂਡ ਟਾਈਮ ਮਤਲਬ 5 ਮਿੰਟ ਦੇ ਵਿੱਚ ਵਿੱਚ ਮੁੜ ਆਊਗਾ, ਵੀ 5ਵਾਂ ਮਿੰਟ ਹੋਣ ਨਹੀਂ ਦੇਣਾ, ਉਸ ਤੋਂ ਪਹਿਲਾਂ ਪਹਿਲਾਂ ਆ ਜਾਊਗਾ, ਠੀਕ ਹੈ ਜੀ। ਬਟ ਇਹੀ ਜੇ ਆਪਾਂ ਇਨ ਦੀ ਗੱਲ ਕਰੀਏ ਤਾਂ ਇਨ ਕਿੱਥੇ ਯੂਜ਼ ਹੁੰਦਾ ਗਾ, ਜਦੋਂ ਐਂਡ ਟਾਈਮ ਦੀ ਗੱਲ ਕਰਨੀ ਹੋਵੇ, ਮਤਲਬ ਐਟ ਦਾ ਐਂਡ ਟਾਈਮ। ਬੜੀਆਂ ਸੌਖੀਆਂ ਜੀ ਐਗਜ਼ਾਮਪਲਸ ਮੈਂ ਪਿੱਕ ਕਰ ਰਿਹਾ, ਤੁਹਾਨੂੰ ਸਿਰਫ ਵੀ ਸਮਝ ਆ ਜਾਏ ਇਹ ਚੀਜ਼ ਕਿ ਇਹਨਾਂ ਨੂੰ ਯੂਜ਼ ਕਿਵੇਂ ਕਰਨਾ, ਇਹਨਾਂ ਨੂੰ ਡਿਫਰੈਂਸ਼ੀਏਟ ਕਿਵੇਂ ਕਰਨਾ ਹੈਗਾ, ਠੀਕ ਹੈ ਜੀ। ਸੇਮ ਉਹੀ ਸੈਂਟੈਂਸ, ਉਹੀ ਸਿਚੁਏਸ਼ਨ ਮੈਂ ਇਨ ਦੇ ਨਾਲ ਕਰੂੰਗਾ ਕਿ ਹੀ ਵਿਲ ਰਿਟਰਨ ਇਨ 5 ਮਿੰਟਸ। ਮਤਲਬ ਕਿ ਇੱਥੇ ਕਿ ਵਿਦਇਨ ਦਾ ਮਤਲਬ ਤਾਂ ਹੋ ਗਿਆ, ਵਿਦਇਨ ਦਾ ਮਤਲਬ ਤਾਂ ਹੋ ਗਿਆ ਕਿ 5 ਮਿੰਟ ਤੋਂ ਪਹਿਲਾਂ ਪਹਿਲਾਂ ਐਂਡ ਟਾਈਮ ਜਿਹੜਾ ਹੈਗਾ ਹੈਗਾ, ਮਤਲਬ ਐਂਡ ਟਾਈਮ ਆਪਣਾ ਕੀ ਹੈ, ਇੱਥੇ ਦੇਖੋ 5 ਮਿੰਟ ਆਪਾਂ ਨੂੰ ਦਿੱਤੇ ਨੇ, ਠੀਕ ਹੈ। ਉਹ ਦੂਜੇ ਮਿੰਟ ਚ ਵੀ ਆ ਸਕਦਾ, ਤੀਜੇ ਚ ਵੀ ਆ ਸਕਦਾ, ਚੌਥੇ ਚ ਵੀ ਆ ਸਕਦਾ, 5ਵਾਂ ਮਿੰਟ ਹੋਣ ਨਹੀਂ ਦੇਣਾ ਉਹਨੇ, ਠੀਕ ਹੈ। ਬਟ ਜਿਹੜਾ ਇਨ ਹੈ ਉੱਥੇ ਉਹ ਪੂਰੇ 5 ਮਿੰਟਾਂ ਬਾਅਦ ਹੀ ਆਊਗਾ, ਮਤਲਬ ਜਦੋਂ ਆਪਾਂ ਕਹਿੰਦੇ ਵੀ 5 ਮਿੰਟ ਲੱਗ ਜਾਣੇ ਆ, ਵੀ ਪੂਰਾ ਟਾਈਮ ਜਦੋਂ ਆਪਾਂ ਲੱਗ ਜਾਣਾ ਹੈਗਾ, ਠੀਕ ਹੈ ਜੀ। ਤਾਂ ਐਟ ਦਾ ਐਂਡ ਟਾਈਮ, ਠੀਕ ਹੈ ਜੀ, ਕਿਉਂਕਿ ਇਹ ਡਿਪੈਂਡ ਕਰਦਾ ਕਿ ਆਪਾਂ ਸਿਚੁਏਸ਼ਨ ਕੀ ਯੂਜ਼ ਕਰ ਰਹੇ ਹਾਂ, ਕਿ ਕਿਸ ਸਿਚੁਏਸ਼ਨ ਦੇ ਵਿੱਚ ਆਪਾਂ ਕੋਈ ਸੈਂਟੈਂਸ ਜਿਹੜਾ ਹੈਗਾ ਉਹ ਪ੍ਰਿਪੇਅਰ ਕਰ ਰਹੇ ਹਾਂ, ਠੀਕ ਹੈ। ਇਹ ਆਪਾਂ ਫੋਰਕਾਸਟ ਕਰ ਲੈਣਾ ਹੈਗਾ ਕਿ ਜੇ ਆਪਾਂ ਕਹਿ ਰਹੇ ਹਾਂ ਵੀ ਇੰਨੇ ਟਾਈਮ ਤੋਂ ਪਹਿਲਾਂ ਪਹਿਲਾਂ ਹੋ ਜੂ ਤਾਂ ਵਿਦਇਨ ਆ ਜੂਗਾ, ਤਾਂ ਅਦਰਵਾਈਜ਼ ਐਂਡ ਟਾਈਮ ਵਾਸਤੇ ਇਨ ਯੂਜ਼ ਹੋ ਜੂਗਾ। ਇਹ ਡਿਫਰੈਂਸ ਹੈ ਇਹਦੇ ਵਿੱਚ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਨੈਕਸਟ ਜਿਹੜੀ ਆਪਣੀ ਪ੍ਰੈਪੋਜੀਸ਼ਨ ਰਹੂਗੀ ਉਹ ਹੈਗੀ ਹੈ ਜੀ ਫਰੋਮ ਤੇ ਬਿਟਵੀਨ। ਆਪਾਂ ਬਿਟਵੀਨ ਤੇ ਅਮੰਗ ਦਾ ਡਿਫਰੈਂਸ ਕੀਤਾ ਸੀ, ਇੱਥੇ ਆਪਾਂ ਟਾਈਮ ਦੇ ਪਰਸਪੈਕਟਿਵ ਤੋਂ ਫਰੋਮ ਤੇ ਬਿਟਵੀਨ ਦਾ ਜਿਹੜਾ ਹੈਗਾ ਪਰਸਪੈਕਟਿਵ ਤੋਂ ਗੱਲ ਕਰਾਂਗੇ। ਹੁਣ ਜਦੋਂ ਆਪਾਂ ਟਾਈਮ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਸਿੰਪਲ ਜੀ ਗੱਲ ਹੈ, ਸਿੰਪਲ ਜੀ ਟੈਕਨੀਕ ਹੈ ਵੀ ਫਰੋਮ ਕਿੱਥੇ ਯੂਜ਼ ਹੋਣਾ ਤੇ ਬਿਟਵੀਨ ਕਿੱਥੇ ਯੂਜ਼ ਹੋਣਾ ਹੈਗਾ। ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਫਰੋਮ ਹੈ ਨਾ, ਜ਼ਿਆਦਾਤਰ ਉਹ ਕਿਹਦੇ ਨਾਲ ਯੂਜ਼ ਹੋਊਗਾ, ਜਾਂ ਤਾਂ ਉਹਦੇ ਵਿੱਚ ਟੂ ਹੋਊਗਾ ਸੈਂਟੈਂਸ ਦੇ ਵਿੱਚ, ਜਾਂ ਟਿਲ ਹੋਊਗਾ ਟਾਈਮ ਦੇ ਨਾਲ, ਠੀਕ ਹੈ। ਫੋਰ ਐਗਜ਼ਾਮਪਲ, ਹੀ ਵਰਕਸ, ਠੀਕ ਹੈ ਜੀ, ਹੀ ਵਰਕਸ ਫਰੋਮ 9 to 6, ਠੀਕ ਹੈ ਜੀ। ਹੁਣ ਟੂ ਜਿਹੜਾ ਹੈਗਾ, ਇੱਥੇ ਟੂ ਦੀ ਜਗ੍ਹਾ ਟਿਲ ਵੀ ਲੱਗ ਸਕਦਾ, ਇਹ ਚੀਜ਼ ਦਾ ਧਿਆਨ ਰੱਖਿਓ, ਠੀਕ ਹੈ। ਮਤਲਬ ਜਦੋਂ ਆਪਾਂ ਪ੍ਰੈਪਰੇਸ਼ਨ ਫਰੋਮ ਯੂਜ ਕਰਨੀ ਹੈ ਵੀ ਉਹ ਇੰਨੇ ਵਜੇ ਤੋਂ, ਮਤਲਬ ਹੀ ਵਰਕਸ ਫਰੋਮ 9 to 6, ਵੀ ਉਹ 9 to 6 ਵਜੇ ਤੱਕ ਕੰਮ ਕਰਦਾ, ਮਤਲਬ 9 to 9 to 6 ਵਜੇ ਤੱਕ ਕੰਮ ਕਰਦਾ, ਠੀਕ ਹੈ ਜੀ। ਤੇ ਆਪਾਂ ਜੇ ਇੱਥੇ ਬਿਟਵੀਨ ਯੂਜ ਕਰਨਾ ਹੋਵੇ, ਇਹੀ ਆਪਾਂ ਜੇ ਗੱਲ ਕਰੀਏ ਬਿਟਵੀਨ ਦੀ, ਤਾਂ ਬਿਟਵੀਨ ਕਿਵੇਂ ਯੂਜ਼ ਹੋਊਗਾ, ਕਿਹਦੇ ਨਾਲ ਯੂਜ਼ ਹੋਊਗਾ, ਇਹ ਹਮੇਸ਼ਾ ਯੂਜ਼ ਹੋਊਗਾ ਐਂਡ ਦੇ ਨਾਲ, ਜਦੋਂ ਟਾਈਮ ਦੇ ਵਿੱਚ ਆਪਾਂ ਐਂਡ ਯੂਜ਼ ਕਰ ਰਹੇ ਹਾਂਗੇ, ਠੀਕ ਹੈ ਜੀ। ਫੋਰ ਐਗਜ਼ਾਮਪਲ, ਦ ਮੀਟਿੰਗ ਵਾਸ ਸ਼ਡਿਊਲਡ ਟੂ ਬੀ ਹੈਲਡ ਬਿਟਵੀਨ 2 PM and 3 PM। ਹੁਣ ਇੱਥੇ ਦੇਖੋ, ਧਿਆਨ ਨਾਲ ਦੇਖੋ ਕਿ ਇੱਥੇ ਕੀ ਹੈ ਜੀ, ਟਾਈਮ ਦੇ ਵਿੱਚ ਐਂਡ ਆ ਗਿਆ। ਇੱਥੇ ਕੀ ਸੀ ਜੀ, 2 ਸੀਗਾ, ਇੱਥੇ ਆ ਗਿਆ ਐਂਡ, ਤਾਂ ਆਪਾਂ ਕੀ ਲਗਾਇਆ ਪ੍ਰੈਪਰੇਸ਼ਨ, ਬਿਟਵੀਨ, ਕਿ 2 ਵਜੇ ਤੋਂ 3 ਵਜੇ ਦੇ ਵਿੱਚ, ਵਿੱਚ ਮਤਲਬ ਬਿਟਵੀਨ ਵਿੱਚ ਜਿਹੜੀ ਹੈਗੀ ਮੀਟਿੰਗ ਨੂੰ ਸ਼ਡਿਊਲ ਕੀਤਾ ਗਿਆ ਸੀ, ਹਾਂਜੀ। ਤਾਂ ਇਹ ਹੈਗਾ ਜੀ ਬੇਸਿਕ ਡਿਫਰੈਂਸ ਫਰੋਮ ਤੇ ਬਿਟਵੀਨ ਦੇ ਵਿੱਚ, ਠੀਕ ਹੈ, ਇਸ ਨੂੰ ਸਮਝ ਲੈਣਾ ਤੁਸੀਂ, ਠੀਕ ਹੈ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਟਾਈਮ ਦੇ ਰਿਗਾਰਡਿੰਗ ਹੀ 2 ਪ੍ਰੈਪਰੇਸ਼ਨਸ ਨੂੰ ਹੋਰ, ਕਿ ਉਹਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ। ਫਸਟ ਹੈ ਜੀ ਟਿਲ, ਐਂਡ ਸੈਕਿੰਡ ਹੈ ਅਨਟਿਲ, ਠੀਕ ਹੈ।
एक तो इस चीज का ध्यान रखना कि टिल दे विच डबल एल हुंदी है ते अनटिल दे विच सिंगल एल हुंदी है। ये चीज का तो पहली गल यही ध्यान रखना, इत्थे बहुत वड्डी मिसटेक हो जाती हैगी। ठीक है जी, हुण नैक्सट आपां गल करदे हां कि टिल ते अनटिल यूज कित्थे हुंदे। ये एक्चुअली यूज हुंदे जदों आपां टाइम दसना हुंदा हैगा, ठीक है, कि इन्ने इस टाइम तक, ठीक है, दोनों का जिहड़ा यूज हैगा कि इत्थे आपां यही कहने हैगे कि कोई जिहड़ा हैगा टाइम, ठीक है, भी इस टाइम तक आ चीज हो जूगी या हो जानी चाहिए है। बट डिफरेंस की है, मेन गल तो इतनी अड़ती है कि डिफरेंस की है, जेड़ा टिल है जी, ठीक है, जेड़ा ता टिल है उदे लिए की हुंदा गा कि जदों जेड़ा टाइम है वो पर्टिकुलर है। ठीक है जी, पर्टिकुलर मतलब प्रॉपर टाइम है गा। ठीक है जी, फॉर एग्जाम्पल मैं तुम दस दिना, we shall work till 5 PM कि इथे जेड़ा हैगा अपनु proper particular time पता हैगा। ठीक है जी, particular time अपनु पता हैगा कि 5 बजे तक अपनु काम करना चाहिए देगा। we shall work till, ठीक है जी, 5 PM, but until है जी उदे विच डेफिनेट टाइम कोई नहीं हुंदा गा, इनडेफिनेट टाइम लिए यूज करते हैं उन्हों आपा जी। ठीक है, फॉर एग्जाम्पल वी शैल वर्क until we fell down, मतलब आपां नूं उदों तक काम करना चाहिए जदों तक आपां थकदे नहीं। ठीक है जी, तां इत्थे की हैगा कि इत्थे कोई डेफिनेट टाइम नहीं कहता, बट इत्थे इक आपां टारगेट ले लिया बस, भी जदों तक थकदे नहीं उदों तक कर लेना गा। तां जदों इनडेफिनेट टाइम होवे, ठीक है जी, इनडेफिनेट टाइम होवे उदों आपां जदों गल करदे हां उत्थे यूज हुंदा है जी अंटिल, अदरवाइज यूज हुंदा है टिल। ठीक है जी, इतने आप प्रॉपर टाइम दिता है टिल दे विच, एक डेफिनेट टाइम दिता है, पर्टिकुलर टाइम दिता है, बट अंटिल दे विच आप पर्टिकुलर टाइम नहीं दिता, बट एक टारगेट ले लिया कि वी फेल डाउन, जदों तक आप थकते नहीं। फेल डाउन एज अ फ्रेज यूज किया है, यदा मतलब यह नहीं है गा कि थले डिग पैना, मतलब थक जाना। ठीक है जी, भी बहुत लो फील करना। तो वो कि तुहानू ये जिहड़े हैगे सारे प्रेपोजिशंस जिहड़े डिफरेंस उन्होंने समझ आ गए होंगे। ठीक है जी, उम्मीद करदा तुहानू यह जिहड़ी वीडियो है साडी पसंद आई होगी, और इस वीडियो नू लाइक शेयर करना ना भुलना, अपने व्यूज कमेंट बॉक्स दे विच जरूर पोस्ट करना। एंड आई रिपीट अगेन कि जे इस चैनल ते साडे चैनल चंडीगढ़ कॉम्पिटेटिव क्लासेस ते कोई पहली बार विजिट कर रहा है तां ओह सबसक्राइब जरूर करे जी, प्लस बाकी दियां वीडियोज़ नू भी जरूर चैकआउट करे। अच्छा कॉन्टेंट असी प्रोवाइड करन दी कोशिश करदे हां। साडा फेसबुक ते इंस्टाग्राम पेज ते जिहड़ा हैगा लिंक डिस्क्रिप्शन दे विच दिते हुए ने, उन्हां नू जरूर फॉलो करो। साडे नवे नवे बैचेज अते शॉर्ट ट्रिक्स दे रिगार्डिंग वीडियोज़ उस ते अपलोड हुंदियां रहिंदियां ने। ठीक है जी, साडे कॉन्टैक्ट डिटेल्स भी साडे गिवन ने डिस्क्रिप्शन दे विच, तुसीं ऑनलाइन ऑफलाइन क्लासेस जे लगाउणा चाहुंदे हो, कोई कैंडिडेट विलिंग है कि उन्हें कॉम्पिटेटिव एग्जाम्स की प्रैपरेशन करनी है तो सानू कॉन्टैक्ट कर सकदा है। साडा ऑफिस, साडा इंस्टीट्यूट जिहड़ा है बठिंडा अजीत रोड ते है जी। सो अज दे लई इना ही, थैंक यू फॉर वॉचिंग दिस वीडियो।